ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਕਿਸਾਨ ਵੀਰ ਨੂੰ ਸਾਂਝੀ ਕਰਨੀ ਹੈ ਜ਼ਿੰਕ ਤੱਤ। ਜ਼ਿੰਕ ਤੱਤ ਜਿਹੜਾ ਕਿ ਬੜਾ ਮਹੱਤਵਪੂਰਨ ਤੱਤ ਹੈ ਝੋਨੇ ਦੀ ਫਸਲ ਵਾਸਤੇ ਕਿਉਂਕਿ ਇਹ ਫਸਲ ਨੂੰ ਖਰਾਕ ਪਚਾਉਣ 'ਚ ਮਦਦ ਕਰਦਾ। ਖਰਾਕ ਕਿਹੜੀ ਜਿਹੜੀ ਆਪਾਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਦੇਣੀ ਹੈ ਜਾਂ ਸੀ ਕਾਰਬੋਨ ਹਾਈਡਰੋਜਨ ਆਕਸੀਜਨ ਜਿਹੜਾ ਪਾਣੀ ਹਵਾ ਜੋ ਬੂਟੇ ਲੈਂਦੇ ਆ ਉਹਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਜਿੰਕ ਤੱਤ ਮੈਟਾਬੋਲਿਜ਼ਮ ਦੇ ਵਿੱਚ ਜਿਹੜਾ ਹੈਗਾ ਮੇਨ ਰੋਲ ਹੁੰਦਾ ਹੈ ਫੋੜ ਘਟਾਉਣ ਚ ਮਦਦ ਕਰਦਾ ਹੈ ਜੜਾਂ ਦੀ ਗਰੋਥ ਚ ਮਦਦ ਕਰਦਾ ਹੈ ਤਾਂ ਹੀ ਕਰਕੇ ਜੇ ਜਿੰਕ ਦੀ ਘਾਟ ਆਉਂਦੀ ਆ ਤਾਂ ਇਹਦੇ ਘਾਟ ਨਾਲ ਬੂਟੇ ਮਧਰੇ ਰਹਿ ਜਾਂਦੇ ਬੂਟਾ ਜਾੜ ਨਹੀਂ ਮਾਰਦਾ ਫੋੜ ਨਹੀਂ ਹੁੰਦੀ ਬੂਟਿਆਂ ਦੇ ਪੱਤੇ ਜੰਗਾਲੇ ਤੇ ਪੂਰੇ ਰੰਗਦੇ ਹੋ ਜਾਂਦੇ ਆ ਪੱਤੇ ਦੇ ਵਿਚਕਾਰ ਲਈ 나ੜ ਦਾ ਰੰਗ ਬਦਲ ਜਾਂਦਾ ਤੇ ਬਾਅਦ ਚ ਹੌਲੀ ਹੌਲੀ ਪੱਤੇ ਜਿਹੜੇ ਟੁੱਟ ਜਾਂਦੇ ਲੱਕ ਵਿੱਚ ਕਾਲੇ ਟੁੱਟ ਜਾਂਦਾ ਕਈ ਵਾਰ ਤੁਸੀਂ ਦੇਖਿਆ ਹੋਊਗਾ ਪਨੀਰੀ ਜਦੋਂ ਪੁੱਟ ਕੇ ਖੇਤ ਚ ਲਾਉਨੇ ਆ ਲਾਉਣ ਸਾਰੀ ਕਈ ਵਾਰ ਘਾਟ ਜਾਂਦੀ ਹੈ ਕਈ ਵਾਰ ਇੱਕ ਵਾਰ ਚੱਲ ਕੇ ਪਨੀਰੀ ਦੌਗੀਆਂ ਦੇ ਵਿੱਚ ਜਿਹੜੀ ਹੈਗੀ ਪਨੀਰੀ ਕਈ ਵਾਰ ਬੂਟੇ ਸੁੱਕਣ ਲੱਗ ਪੈਂਦੇ ਆ ਟੁੱਟ ਟੁੱਟ ਕੇ ਤਾਂ ਇਹ ਜਿਹੜੀ ਹੈਗੀ ਜ਼ਿੰਕ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਤੇ ਝੋਨੇ ਦੀ ਫਸਲ ਦੇ ਵਿੱਚ ਕਣਕ ਝੋਨਾ ਫਸਲੀ ਚੱਕਰ 'ਚ ਜ਼ਿੰਕ ਦੀ ਘਾਟ ਤਕਰੀਬਨ ਆਉਂਦੀ ਹੈ ਇਸ ਕਰਕੇ ਆਪਾਂ ਨੂੰ ਹਰ ਸਾਲ ਜਿਹੜਾ ਹੈਗਾ ਜ਼ਿੰਕ ਤੱਤ ਜ਼ਰੂਰਤ ਅਨੁਸਾਰ ਜਾਂ ਮਿੱਟੀ ਪਰਖ ਆਧਾਰ ਤੇ ਪਾਓ ਜਾਂ ਫਿਰ ਜਿਹੜੀ ਇਹ ਸਿਫਾਰਸ਼ ਮਾਤਰਾ ਉਹਦੇ ਅਨੁਸਾਰ ਜ਼ਿੰਕ ਤੱਤ ਪਾਓ ਤਾਂ ਕਿ ਹੋਰ ਤੱਤਾਂ ਦੀ ਘਾਟ ਵੀ ਨਾ ਆਵੇ ਤੇ ਫਸਲ ਦੀ ਗਰੋਥ ਵਾਧਾ ਫੋਕ ਜਦ ਅਜਿਹਾ ਗ੍ਰੋਥ ਤੇ ਵਾਧਾ ਪੂਰਾ ਹੋਵੇ ਫੋਕ ਨਾ ਪਵੇ ਕਰਾਟੀਆਂ ਸ਼ੂਰੇ ਵਾਲੀਆਂ ਜ਼ਮੀਨਾਂ ਉੱਥੇ ਜ਼ਿੰਕ ਦੀ ਘਾਟ ਉੱਥੇ ਵੀ ਕਾਫੀ ਜ਼ਿਆਦਾ ਆਉਂਦੀ ਹੈ ਇਸ ਕਰਕੇ ਜ਼ਰੂਰਤ ਅਨੁਸਾਰ ਆਪਾਂ ਨੂੰ ਤਤ ਪਾਉਣਾ ਚਾਹੀਦਾ ਤੇ ਫਾਇਦਾ ਇਹਦਾ ਤਰੀਕਾ ਕਿਸਾਨ ਵੀਰੋ ਇੱਕ ਪਾਉਣ ਦਾ ਕਈ ਵਾਰ ਆਪਾਂ ਜ਼ਿੰਕ ਤਤ ਵੀ ਪਾ ਲੈਂਦੇ ਹਾਂ ਉਹਦਾ ਆਪਾਂ ਨੂੰ ਫਾਇਦਾ ਵੀ ਨਹੀਂ ਲੈ ਪਾਉਂਦੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਕਿ ਪਾਉਣ ਦਾ ਤਰੀਕਾ ਸਹੀ ਕੀ ਹੈ ਤੇ ਕਿਹੜੀ ਜ਼ਿੰਕ ਬੈਸਟ ਹੈ ਸੋ ਕਿਸਾਨ ਵੀਰੋ ਜ਼ਿੰਕ ਕਈ ਤਰ੍ਹਾਂ ਦੀ ਆਉਂਦੀ ਹੈ ਚਲੇਟਡ ਜ਼ਿੰਕ ਆਉਂਦੀ 12% ਵਾਲੀ EDTA 21% ਵਾਲੀ ਜਿੰਕ ਆਉਂਦੀ ਹੈ 33% ਵਾਲੀ ਜਿੰਕ ਆਉਂਦੀ ਹੈ ਇੱਕ ਜਿੰਕ ਆਕਸਾਈਡ ਆਉਂਦੀ ਹੈ ਸਾਢੇ 39% ਲਿਕਵਿਡ ਹੁੰਦੀ ਜਿਹੜੀ ਉਹ ਹੁੰਦੀ ਅਸਲ ਚ ਸੀਟ ਟ੍ਰੀਟਮੈਂਟ ਵਾਸਤੇ ਕਈ ਕਿਸਾਨ ਵੀ ਉਹਦੀ ਸਪਰੇ ਵੀ ਕਰ ਲੈਂਦੇ ਆ ਜਿਹੜੀ EDTA ਜਿੰਕ ਹੈ ਉਹ ਸਪਰੇ ਵਾਲੀ ਜਿੰਕ ਹੈ ਚਿਲੇਟਡ ਜਿੰਕ ਹੈ ਜਿਹੜੀ ਉਹ ਸਪਰੇ ਵਾਸਤੇ ਬਣੀ ਹੋਈ ਹੈ ਕਈ ਕਿਸਾਨ ਵੀ ਥੱਲੇ ਪਾ ਲੈਂਦੇ ਥੱਲੇ ਉਹਦਾ ਫਾਇਦਾ ਨਹੀਂ ਸਪਰੇ ਵਾਸਤੇ ਵੀ ਜਿਹੜਾ ਹੈਗਾ ਇੱਕਦਮ ਜਦੋਂ ਤੁਸੀਂ ਸਪਰੇ ਕਰਦੇ ਨਾਲ ਦੀ ਨਾਲ ਰਿਜ਼ਲਟ ਮਿਲਦਾ ਪਰ ਕਈ ਵਾਰ ਜਿਹੜੀ ਹੈਗੀ ਫਿਰ ਵੀ ਘਾਟ ਆਉਂਦੀ ਪੂਰਾ ਜਿਹੜਾ ਹੈਗਾ ਤ ਜਿਹੜੀ ਖਾराक ਦੀ ਮਾਤਰਾ ਪੂਰੀ ਨਹੀਂ ਹੁੰਦੀ ਝੋਨੇ ਦੀ ਜਿਹੜੀ ਹੈਗੀ ਆ 33% ਜਾਂ 21% ਇਹ ਚੋਂ ਤੁਸੀਂ ਆਪਣੀ ਮਰਜ਼ੀ ਨਾਲ ਸਿਲੇਕਟ ਕਰ ਸਕਦੇ ਹੋ ਯਾਰ ਪਰ ਜੇ ਮੈਂ ਤੁਹਾਨੂੰ ਸਿਫਾਰਿਸ਼ ਕਰਾਂ ਤਾਂ 21% ਜ਼ਿੰਕ ਆ ਜਿਹੜੀ ਉਹ ਬੈਸਟ ਹੈ 21% ਜ਼ਿੰਕ ਆ ਜਿਹੜੀ ਉਹ ਝੋਨੇ ਦੀ ਫਸਲ ਦੇ ਵਿੱਚ ਤੁਸੀਂ ਹੋਰ ਸਾਰੀਆਂ ਜ਼ਿੰਕਾਂ ਛੱਡ ਕੇ 21% ਜ਼ਿੰਕ ਪਾਉਂਗੇ ਸਹੀ ਤਰੀਕੇ ਪਾਉਂਗੇ ਤਾਂ ਪੂਰਾ ਵਧੀਆ ਰਿਜ਼ਲਟ ਮਿਲੂਗਾ ਝੋਨੇ ਨੂੰ ਐ ਖਰਾਕ ਜਿਹੜੀ ਹੈਗੀ ਆ ਪੂਰੀ ਪਚਾਊਗਾ ਤੇ ਮਤਲਬ ਕਹਿ ਦਈਏ ਜੇ ਆਪਾਂ ਦੇਸੀ ਤਰੀਕੇ ਨਾਲ ਦੇਸੀ ਕਿਉਂ ਵਾਂਗੂ ਜਿਹੜੀ ਹੈਗੀ ਲੱਗਦੀ ਜੇ ਆਪਾਂ ਤਰੀਕੇ ਸਹੀ ਨਾ ਪਾਈਏ ਪਾਉਣ ਦਾ ਸਮਾਂ ਕਿਹੜਾ ਜੇ ਤਾਂ ਪਿਛਲੇ ਸਾਲ ਘਾਟ ਆਈ ਸੀਗੀ ਤੇ ਆਪਾਂ ਨੂੰ ਲੱਗਿਆ ਕਿ ਦੋਗੀਆਂ ਬਾਅਦ ਚੋਂ ਸੁੱਕੀਆਂ ਆਪਾਂ ਜ਼ਿੰਕ ਨਹੀਂ ਪਾਈ ਫਿਰ ਤਾਂ ਤੁਸੀਂ ਤੁਹਾਨੂੰ ਪਾਉਣੀ ਪਊਗੀ 25 ਕਿਲੋ ਜ਼ਿੰਕ 21% ਜੇ ਮਿੱਟੀ ਪਰਖ ਕਰਾਈ ਆ ਤਾਂ ਜਿੰਨੀ ਸਿਫਾਰਿਸ਼ ਆ ਉਨੀ ਪਾਓ ਤੇ ਜੇ ਪਾਉਣੀ ਆ 33% ਜ਼ਿੰਕ ਪਿਛਲੇ ਸਾਲ ਘਾਟ ਆਈ ਸੀ ਫਿਰ ਪਾਉਣੀ ਪਊ 16 ਕਿਲੋ ਜੇ ਤੁਸੀਂ ਹਰ ਸਾਲ ਪਾਉਨੇ ਆ ਤਾਂ ਫਿਰ ਤੁਸੀਂ ਜਿਹੜੀ ਹੈਗੀ 10 ਕਿਲੋ ਜ਼ਿੰਕ ਪਾ ਸਕਦੇ ਆ ਇਹ 6.5 ਕਿਲੋ 10 ਕਿਲੋ 21% ਵਾਲੀ 6.5 ਕਿਲੋ 7 ਕਿਲੋ ਜਿਹੜੀ ਹੈਗੀ 33% ਵਾਲੀ ਪਾਉਣੀ ਹੁੰਦੀ ਆਪਾਂ ਕਦੂ ਕਰਨ ਸਮੇਂ ਪਾ ਸਕਦੇ ਆ ਲਾਸਟ ਬਡਲਿੰਗ ਤੇ ਜਦੋਂ ਆਪਾਂ ਕਦੂ ਕਰਦੇ ਆ ਉਦੋਂ ਪਾ ਸਕਦੇ ਪਰ ਕਈ ਵਾਰ ਆਪਾਂ ਉਦੋਂ ਫਾਸਫੋਰਸ ਤੱਤ ਵਾਲੀ ਖਾਦ ਪਾਉਣੀ ਹੁੰਦੀ ਤੇ ਫਾਸਫੋਰਸ ਤੱਤ ਵਾਲੀ ਕੋਈ ਵੀ ਖਾਦ ਆ ਇਹ ਜ਼ਿੰਕ ਦੇ ਨਾਲ ਨਹੀਂ ਪਾਉਣੀ ਫਿਰ ਜਿਹੜੀ ਹੈਗੀ ਹੈ ਜ਼ਿੰਕ ਦੀ ਅਵੇਲੇਬਿਲਟੀ ਨਹੀਂ ਹੁੰਦੀ ਜ਼ਿੰਕ ਤੱਤ ਦੀ ਹੋਰ ਘਾਟ ਆ ਜਾਂਦੀ ਹੈ ਕਿਉਂਕਿ ਜੇ ਜ਼ਿੰਕ ਵੱਧ ਪਾਵਾਂਗੇ ਤਾਂ ਫਾਸਫੋਰਸ ਤੇ ਫਾਸਫੋਰਸ ਵੱਧ ਪਾਵਾਂਗੇ ਜ਼ਿੰਕ ਇੱਕ ਦੂਜੇ ਨੂੰ ਜਿਹੜੇ ਐਂਟਾਗੋਨਿਸਟਿਕ ਹੈ ਇਹ ਇਸ ਕਰਕੇ ਇਹਨਾਂ ਦੇ ਪਾਉਣ ਦਾ ਗੈਪ ਜੇ ਆਪਾਂ ਰੱਖਾਂਗੇ ਤਾਂ ਬਹੁਤ ਵਧੀਆ ਰਿਜ਼ਲਟ ਵੀ ਪੂਰਾ ਮਿਲੂਗਾ ਜੇ ਜ਼ਿੰਕ ਤੁਸੀਂ ਪਾਉਣੀ ਆ ਕਿਸਾਨ ਵੀਰੋ ਸਹੀ ਸਮਾਂ ਜੇ ਤਰੀਕਾ ਤੁਸੀਂ ਵਰਤੋ ਜਦੋਂ ਤੁਸੀਂ ਆਪਾਂ ਪਹਿਲੇ 2 ਹਫ਼ਤੇ ਖੇਤ 'ਚ ਝੋਨੇ ਵਾਲੇ 'ਚ ਪਾਣੀ ਖੜਾ ਰੱਖਣਾ ਨਦੀਨਾਂ ਦੇ ਕਾਬੂ ਕਰਨ ਵਾਸਤੇ ਖੇਤ ਚ ਤ੍ਰੇਣਾ ਪਾਟਣ ਕਿਉਂਕਿ ਜ਼ਿੰਕ ਤੱਤ ਜਿਹੜਾ ਖੜੇ ਪਾਣੀ ਦੇ ਵਿੱਚ ਬੂਟੇ ਉਹਨਾਂ ਅਪਟੇਕ ਨਹੀਂ ਉਹਦਾ ਲੈ ਕਰ ਲੈ ਪਾਉਂਦੇ ਜਦੋਂ ਐਨ ਅਰੋਬੇ ਕੰਡੀਸ਼ਨ ਹੁੰਦੀਆਂ ਖੇਤ ਚ ਪਾਣੀ ਖੜਾ ਤਾਂ ਹੀ ਕਰਕੇ ਜਿਹੜੀ ਹੈਗੀ ਹੈ ਜ਼ਿੰਕ ਦੀ ਘਾਟ ਜ਼ਿਆਦਾ ਆਉਂਦੀ ਹੈ ਲੋਹਾ ਤੱਤ ਦੀ ਅਵੇਲੇਬਿਲਟੀ ਵੱਧਦੀ ਹੈ ਖੜੇ ਪਾਣੀ ਚ ਤੇ ਜ਼ਿੰਕ ਦੀ ਘਟਦੀ ਹੈ ਤਾਂ ਇਹਦੇ ਵਾਸਤੇ ਹਵਾ ਲੱਗਣੀ ਜ਼ਮੀਨ ਨੂੰ ਬੜੀ ਜ਼ਰੂਰੀ ਹੁੰਦੀ ਹੈ ਇਸ ਕਰਕੇ ਸਹੀ ਸਮਾਂ ਜਿਹੜਾ ਹੈਗਾ ਉਹ 10-12 ਦਿਨ ਤੋਂ 15 ਦਿਨ ਤੁਸੀਂ ਪਾ ਸਕਦੇ ਆ ਪਰ ਜਦੋਂ ਆਪਾਂ 15 ਦਿਨ ਖੇਤ ਦੇ ਵਿੱਚ ਲਗਾਤਾਰ ਮੰਨ ਲਓ 12-15 ਦਿਨ ਖੇਤ 'ਚ ਪਾਣੀ ਖੜਾ ਰੱਖਿਆ ਜੇ ਤੁਸੀਂ ਇੱਕ ਵਾਰ ਪਾਣੀ ਘਟਾਉਣਾ ਆਪਾਂ ਉਹ ਲਾਜ਼ਮੀ ਹੁੰਦਾ ਹੈ ਕਿ 15 ਦਿਨ ਬਾਅਦ ਜਦੋਂ ਆਪਾਂ ਨੂੰ ਲੱਗੇ ਕਿ ਹੁਣ ਆਪਾਂ ਪਾਣੀ ਘਟਾਉਣਾ ਜਾਂ ਸੁਕਾਉਣਾ ਇੱਕ ਵਾਰੀ ਉਦੋਂ ਤੁਸੀਂ ਜਿੰਕ ਜਿਹੜੀ ਹੈਗੀ ਆ ਰੇਤਾ ਚਰ ਲਾ ਕੇ ਜਿਹੜੀ ਸਭ ਤੋਂ ਵਧੀਆ ਰੇਤਾ ਚਰ ਲਾ ਕੇ 10 ਕਿਲੋ ਜਿੰਕ ਸਲਫੇਟ ਨੂੰ ਤੁਸੀਂ ਪਾ ਸਕਦੇ ਆ ਜੇ ਤੁਸੀਂ ਖੇਤ 'ਚ ਕਦੂ ਕਰਨ ਵੇਲੇ ਪਾਈ ਹੈ ਉਦੋਂ ਫਾਸਫੋਰਸ ਖਾਦ ਨਹੀਂ ਪਾਈ ਤਾਂ ਫਿਰ ਵੀ ਘਾਟ ਦੁਬਾਰਾ ਸਕਦੇ ਫਿਰ ਆਪਾਂ ਦੁਬਾਰਾ ਵੀ ਪਾ ਸਕਦੇ ਆ 10 ਕਿਲੋ ਜਿੰਕ ਸਲਫੇਟ 20 ਰੇਤਾ ਚ ਰਲਾ ਕੇ ਇੱਕ ਵਾਰੀ ਜਿਹੜਾ ਹੈਗਾ 12 15 ਜਦੋਂ ਆਪਾਂ ਪਾਣੀ ਜਿਹੜਾ ਹੈ ਖੇਤੋਂ ਸੁਕਾਉਣਾ ਇੱਕ ਵਾਰੀ ਘਟਾਉਣਾ ਉਦੋਂ ਤੁਸੀਂ ਪਾ ਦਿਓ ਫਿਰ ਇੱਕ ਵਾਰੀ ਖੇਤ ਨੂੰ ਪੂਰਾ ਟਕਾਹ ਕੇ ਜਿਹੜਾ ਹੈਗਾ 2 ਦਿਨ ਹਵਾ ਲਵਾ ਕੇ ਫਿਰ ਪਾਣੀ ਛੱਡ ਦਿਓ ਤੇ ਉਦੋਂ ਬਾਅਦ ਇੱਕ ਵਾਰੀ ਜਦੋਂ ਪਾਣੀ ਭਰਤਾ ਤਿੰਨਾ ਚ ਉਹਨੂੰ ਫਿਰ ਦੁਬਾਰਾ ਪਾਣੀ ਨਾਲ ਨਹੀਂ ਭਰਨਾ ਉਹਨੂੰ ਇੱਕ ਵਾਰ ਫਿਰ ਹਵਾ ਲਵਾ ਦਿਓ ਤੇ ਜਿੰਕ ਤੱਤ ਦੀ ਜਿਹੜੀ ਖਾਟ ਆ ਉਹ ਬਿਲਕੁਲ ਨਹੀਂ ਆਊਗੀ ਤੇ ਦੁਬਾਰਾ ਵੀ ਆਪਾਂ ਨੂੰ ਹੀ ਹੈਗੀ ਹੈ ਜਿੰਕ ਸਲਫੇਟ ਖਾਦ ਜਿਹੜੀ ਹੈਗੀ ਦੁਬਾਰਾ ਪਾਉਣ ਦੀ ਜ਼ਰੂਰਤ ਨਹੀਂ ਪਊਗੀ ਸੋ ਜੇ ਆਪਾਂ ਪੌਣੀਆਂ ਤਾਂ ਇੱਕ ਵਾਰ ਸਹੀ ਤਰੀਕੇ ਦੇ ਨਾਲ ਪਾ ਲਈਏ ਤੇ ਉਸ ਤੋਂ ਬਾਅਦ ਖੇਤ ਨੂੰ ਲਵਾ ਦਈਏ ਹਵਾ ਤਾਂ ਜ਼ਿੰਕ ਸਲਫੇਟ ਦੀ ਜਿਹੜੀ ਹੈਗੀ ਜ਼ਿੰਕ ਤੱਤ ਦੀ ਕਿਸਾਨ ਵੀਰੋਂ ਖੇਤ ਚ ਘਾਟ ਨਹੀਂ ਆਊਗੀ। ਉਸ ਤੋਂ ਬਾਅਦ ਫਿਰ ਆਪਾਂ ਜਦੋਂ ਝੋਨਾ ਆਪਣਾ ਹੋ ਗਿਆ 30 ਦਿਨ ਦਾ 35 ਦਿਨ ਦਾ ਫਿਰ ਆਪਾਂ ਕਰਨੀਆਂ ਸਪਰੇ। ਸਪਰੇ ਬਾਰੇ ਆਪਾਂ ਵੱਖਰੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਆਪਾਂ ਜ਼ਿੰਕ ਸਲਫੇਟ ਤੇ ਨਾਲ ਆਪਾਂ ਕਲੀ ਦਾ ਪਾਣੀ ਯੂਰਗਿਆ ਤੇ ਲੋਹਾ ਤੱਤ। ਇਹਦੀ ਫਿਰ ਆਪਾਂ ਇੱਕ ਜਾਂ ਦੋ ਸਪਰੇਆਂ ਕਰਨੀਆਂ। ਨਾ ਜ਼ਿੰਕ ਦੀ ਘਾਟ ਆਵੇ। ਨਾ ਫਸਲ ਨੂੰ ਹੋਰ ਵਾਧੂ ਆਪਾਂ ਨੂੰ ਗਰੋਥ ਰੈਗੂਲੇਟਰ ਪਾਉਣ ਦੀ ਲੋੜ ਪਵੇ ਨਾ ਕਿਸੇ ਕਿਸਮ ਦੀ ਫੋਕ ਆਵੇ ਝੋਨੇ ਦਾ ਤਣਾ ਮਜ਼ਬੂਤ ਹੁੰਦਾ ਫੋਰਟ ਜਿਹੜੀ ਹੈਗੀ ਆ ਪੂਰੀ ਵੱਧਦੀ ਆ ਸੋ ਇਸ ਤਰੀਕੇ ਕਿਸਾਨ ਵੀਰ ਉਹ ਜ਼ਿੰਕ ਪਾਉਣੀ ਕਈ ਕਿਸਾਨ ਵੀਰ ਯੂਰੀਆ ਨਾਲ ਮਿਲਾ ਕੇ ਜਿਹੜੀ ਜ਼ਿੰਕ ਪਾਉਣੀ ਚਾਹੁੰਦੇ ਹੁੰਦੇ ਆ ਜਿਹੜੀ ਤੁਸੀਂ 7-8 ਦਿਨ ਤੇ ਪਾਉਣੀ ਆ ਕਿਸਾਨ ਵੀਰ ਉਸ ਟਾਈਮ ਉਸ ਟਾਈਮ ਸਹੀ ਨਹੀਂ ਹਾਂ ਠੀਕ ਹੈ ਜੇ ਤੁਸੀਂ ਦੂਜੀ ਕੈਸਟ 'ਚ ਪਾਉਣੀ ਆ ਯੂਰੀਆ ਨਾਲ ਪਰ ਤੁਰੰਤ ਪਾਉਂਗੇ ਤਾਂ ਫੇਰ ਫਾਇਦਾ ਮੈਂ ਤੁਹਾਨੂੰ ਸਿਫਾਰਿਸ਼ ਨਹੀਂ ਕਰਦਾ ਕਿ ਯੂਰੀਆ 'ਚ ਮਿਲਾ ਕੇ ਪਾਓ ਪਾਉਣੀ ਪਾ ਸਕਦੇ ਆ ਕਿਉਂਕਿ ਉਹਦੇ ਨਾਲ ਲੰਪਸ ਬਣ ਜਾਂਦੇ ਕਈ ਵਾਰ ਢੇਲੇ ਜੇ ਬਣ ਜਾਂਦੇ ਕਿਉਂਕਿ ਇਹ ਜਿਹੜੀ ਹੈਗੀ ਹੈਪਟੋਹਾਈਡਰੇਟ ਜ਼ਿੰਕ ਹੈ 2 ਨਹੀਂ ਦੇ ਕਰਕੇ ਰੇਤਾ ਜਰ ਲਾ ਕੇ ਪਾਉਗੇ ਬੈਸਟ ਹੈ ਯੂਰੀਆ ਨਾ ਪਾਉਣੀ ਹੈ ਤੁਹਾਡੀ ਮਰਜ਼ੀ ਹੈ ਪਰ ਇੱਕ ਵਾਰੀ ਜਦੋਂ ਆਪਾਂ ਪਾਉਣੀ ਹੈ ਖੇਤ ਦੇ ਵਿੱਚ ਉਦੋਂ ਪਾਣੀ ਘਟਾਉਣਾ ਤੇ ਇੱਕ ਵਾਰ ਉਦੋਂ ਬਾਅਦ ਫੇਰ ਹਵਾ ਲਵਾਉਣੀ ਹੈ ਤੇ ਜ਼ਿੰਕ ਤੱਤ ਤਾਂ ਜਿਹੜੇ ਹੈਗੇ ਫੇਰ ਜਿਹੜੀ ਅਪਟੇਕ ਪ੍ਰੋਪਰ ਬੂਟੇ ਕਰ ਪਾਉਣਗੇ ਤੇ ਫੇਰ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਖੇਤ ਦੇ ਵਿੱਚ ਘਾਟ ਨਹੀਂ ਆਊਗੀ ਕਈ ਜਿਹੜੇ ਵਾਣ ਮਾੜੇ ਹੁੰਦੇ ਆ ਬਹੁਤ ਮਾੜੀਆਂ ਜ਼ਮੀਨਾਂ ਉੱਥੇ ਆਪਾਂ ਜ਼ਿੰਕ ਸਲਫੇਟ ਇੱਕ ਵਾਰੀ ਪਾ ਦਈਏ ਤਾਂ ਫੇਰ ਤੋੜੀਆਂ 'ਚ ਘਾਟ ਆ ਜਾਂਦੀ ਹੈ ਆਪਾਂ ਨੂੰ ਐ ਲੱਗਦਾ ਪਤਾ ਨਹੀਂ ਕੀ ਸਮੱਸਿਆ ਆ ਗਈ ਤਾਂ ਫਿਰ ਤੁਸੀਂ ਕੀ ਕਰਨਾ ਜਿੱਥੇ ਧੌੜੀਆਂ ਦੇ ਵਿੱਚ ਸਮੱਸਿਆ ਹੈਗੀ ਆ ਤਾਂ ਤੁਸੀਂ 10 ਕਿਲੋ ਜਿੰਕ ਉਨਾਂ ਹੀ ਰੇਤਾ ਨਾਲ ਲਾ ਲੈਣਾ ਸੁੱਕੀ ਮਿੱਟੀ ਜਾਂ 6.5 ਕਿਲੋ 33% ਵਾਲੀ ਉਨੀ ਸੁੱਕੀ ਮਿੱਟੀ ਚ ਲਾ ਕੇ ਫਿਰ ਜਿੱਥੇ ਘਾਟ ਹੈ ਜਿੰਨਾ ਥਾਵਾਂ ਤੇ ਦੋਗੀਆਂ ਬਣੀਆਂ ਫਿਰ ਆਪਾਂ ਸਾਰੇ ਖੇਤ ਚ ਨਹੀਂ ਦੁਬਾਰਾ ਖਰਾ ਲੰਦੀ ਰੋੜ ਫਿਰ ਜਿੱਥੇ ਜਿੱਥੇ ਘਾਟ ਆ ਉੱਥੇ ਤੁਸੀਂ ਲਾ ਕੇ ਜਿਹੜਾ ਹੈਗਾ ਸੁੱਕੀ ਮਿੱਟੀ ਚ 10 ਕਿਲੋ ਜਿਵੇਂ ਜਿੰਕਰ ਦਾ 10 ਕਿਲੋ ਹੀ ਉਨੀ 10-12 ਕਿਲੋ ਮਿੱਟੀ ਲੈ ਕੇ ਤੇ ਉਹਦੇ ਵਿੱਚ ਫਿਰ ਤੁਸੀਂ ਦੋਗੀਆਂ ਦੇ ਵਿੱਚ ਜਿਹੜੀ ਹੈਗਾ ਉਹਦਾ ਛੱਟਾ ਦੇ ਦੇਣਾ ਤਾਂ ਫੇਰ ਜਿਹੜੇ ਬੂਟੇ ਨਾਰ ਰਲ ਜਾਣਗੇ ਸੋ ਇਹ ਹੈਗਾ ਜ਼ਿੰਕ ਤੱਤ ਬਾਰੇ ਇਸ ਤੋਂ ਇਲਾਵਾ ਜਿਹੜੇ ਹੈਗੇ ਪਹਿਲੇ 21 ਦਿਨ 25 ਦਿਨ ਜਿਹੜੀ ਖਰਾਕ ਹੈ ਟੋਟਲ ਤੱਤਾਂ ਦੀ ਉਹਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਜਿਹੜੀ ਹੈਗੀ ਜਾਣਕਾਰੀ ਸਾਂਝੀ ਕਰਾਂਗੇ ਫਲਹਾਲ ਇਹ ਹੈ ਕਿ ਜ਼ਿੰਕ ਤੱਤ 21% ਬੈਸਟ ਆ ਪਾਉਣ ਦਾ ਸਮਾਂ ਤੁਹਾਨੂੰ ਦੱਸਤਾ ਕਿ 12 ਤੋਂ 15 ਦੇ ਤੇ ਜਦੋਂ ਖੇਤ 'ਚ ਇੱਕ ਵਾਰੀ ਪਾਣੀ ਘਟਾਉਣਾ ਉਦੋਂ ਪਾਓ ਕਿਉਂਕਿ ਖੇਤ ਨੂੰ ਹਵਾ ਲੱਗਣੀ ਬਹੁਤ ਜ਼ਰੂਰੀ ਹੈ ਜੇ ਆਪਾਂ ਜ਼ਿੰਕ ਪਾਤੀ ਤੇ ਪਾਣੀ ਉਵੇਂ ਹੀ ਖੜਾ ਆਪਾਂ 5-7 ਦਿਨ 10 ਦਿਨ ਉਵੇਂ ਖੜਾਈ ਰੱਖਦੇ ਆਂ ਫੇਰ ਕਿਸਾਨ ਵੀ ਜਿਹੜੀ ਅਪਟੇਕ ਜ ਸਮੱਸਿਆ ਆਊਗੀ ਤਾਂ ਫੇਰ ਆ ਘਾੜ ਪੂਰੀ ਨਹੀਂ ਹੋਣੀ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ